ਟੈਲੀਵਿਜ਼ਨ ਲਿਸ਼ਕਾਰਾਂ ਦੇ ਵਿੱਚ ਆਇਆ ਹੈ ਰਿਕਾਰਡ ਗੀਤ। ਹੁਣ ਦੀ ਸਾਲੀਆਂ ਚ ਮੌਜ ਬਥੇਰੀ ਆ ਜਾਵੇ, ਚੀਜ਼ਾਂ ਹੱਸ ਕੇ ਲੈ ਕੇ ਕੋਟ ਨਹੀਂ, ਠੀਕ ਹੈ। ਹੈਲੋ ਸੋਹਰੇ ਦਾ ਪਿੰਡ ਹੀ ਇੰਨਾ ਵਧੀਆ ਲੱਗਦਾ ਹੁੰਦਾ, ਸਿਆਲ ਦਾ ਦਿਨ ਹੋਵੇ ਕਿਤੇ ਮਾੜੀ ਮਾੜੀ ਕਣੀ ਪੈਂਦੀ ਹੋਵੇ ਤੇ ਬੰਦਾ ਰਜਾਈ ਲੈ ਕੇ ਬੈਡ ਤੇ ਬੈਠਾ ਹੋਵੇ ਸੋਹਰੀ ਜਾ ਕੇ ਤੇ ਸਾਲਾ ਕੋੜੇ ਲੈ ਫਿਰਦਾ ਹੋਵੇ ਬੋਤਲ ਚੱਕੀ ਵੀ ਚੀਜ਼ਾਂ ਪੈ ਕੇ ਇੱਧਰ ਦੀ ਲਵਾਉਣਾ ਕਿ ਇੱਧਰ ਨਜ਼ਾਰਾ ਫੇਰ ਆਉਂਦਾ ਹੈ। ਜੇ ਬੰਦਾ ਸਾਲੇ ਨੇ ਪੁੱਛਿਆ ਤਾਂ ਫਿਰ ਕਿੱਥੇ ਫੇਰ ਆਉਂਦਾ ਹੈ। ਮੈਨੂੰ ਲੱਗਦਾ ਇੰਦਰ ਤਾਂ
ਐਂਡ ਦਾ ਚਾਜਰਾ ਕਰ ਲਿਆ ਕਰਾਂ ਦੂੰਗਾ ਇਹਨਾਂ ਵੱਲ 100 ਰੁਪਏ ਸਾਡੇ ਪੰਜਾਬੀ ਗੀਤਾਂ ਦੇ ਲਿਖ ਕੇ ਬਹੁਤ ਅੱਛੀ ਮੈਂ ਹੁਣੇ ਹੁਣੇ ਗੀਤ ਰਿਕਾਰਡ ਕਰਾ ਕੇ ਆਏ ਕਿਹਨਾਂ ਲਿਖਿਆ ਹੋਇਆ ਉਹ ਤਾਂ ਅੰਦਰ ਵਸਦਾ ਤੇਰੇ ਕਿਤੇ ਤੈਨੂੰ ਸਾਰ ਨਹੀਂ ਬੰਦਿਆ ਬਹੁਤ ਅੱਛਾ ਗੀਤ ਹੈ ਸਰਦਾਰ ਦਰਸ਼ਨ ਸਿੰਘ ਜੀ ਕੋਟਲੀ ਵਾਲੇ ਸਰਦਾਰ ਗੁਰਸੇਵਕ ਸਿੰਘ ਜੀ ਦੱਲੀਵਾਲ ਸਰਦਾਰ ਬੁਰਜ ਹਾਂਜੀ ਬੁਰਜ ਹਰੀਕੇ ਵਾਲੇ ਸਾਡਾ ਸਪੈਸ਼ਲ ਮਾਣ ਕਰਦੇ ਸਰਦਾਰ ਬਲਦੇਵ ਸਿੰਘ ਜੀ ਬੰਗੀ ਇਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਮਾਣ ਧੰਨਵਾਦ ਮਿਹਰਬਾਨੀ ਸ਼ੁਕਰੀਆ।